बिजली चोरी करन दा मामला कोई नवा मामला नहीं है। असि यह खबर इसलिए दिखा जा रहे हैं क्योंकि जिस व्यक्ति ने गुआंडी दे घर वालियां नूं बिजली चोरी करन नूं लेके इतराज जाहिर किया सी, उस व्यक्ति ने उसते अते पति ते जानलेवा हमला कर दिता, जिस तो बाद एक सरकारी हस्पताल कपूरथला ते दूसरा जलंधर दे निजी हस्पताल विच गंभीर हालत च इलाज दे अधीन है। तुहानू दस दिंदे हां कि यह मामला जिला कपूरथला दे सब डिवीजन सुल्तानपुर लोधी दी फतू डिंगा चौकी अधीन पैंदे पिंड बांगूवाल तो सामने आया है, जिथे जख्मी अशोक सिंह ने अपने गुआंडी दे घर रहन वाले व्यक्ति नू बिजली चोरी अते कुंडी लगाउन नू लेके रोकना चाहिया सी, क्योंकि उसके घर दी छत ते चढ़ के गुआंडी बिजली चोरी करन वाली कुंडी लगा रहा सी। की नाम है जी अपना? अशोक सिंह जी। हाँ जी, केड़ा पिंड वा? बागूवा। हाँ जी अशोक जी, की गल की हुई सी जिहड़ा कि तुहाडे ते हमला होया रात? गल हुई सी अपने कोठे ते चढ़िया सीगा, अहीं रोकिया सी। अच्छा। हाँ, ते कहीं क्या भी तेरा मतलब नहीं साडे कमरे चढ़न दा। की कमरे च की कर की रहे सी कोठे ते चढ़ के? कमरे ते तार जी लाउण डिया। अच्छा, मैनूं कुट्टिया, मैं सोटियां मारियां मेरे उन्ने। की नाम की से उन्ना दे? की नाम? संतोख सिंह। अच्छा, संतोख सिंह। किस चीज दे नाल हमला कीता उन्होंने? हां जी, किस चीज दे नाल ਤੁਹਾਡੇ ਤੇ ਹਮਲਾ ਕੀਤਾ? ਉਹ ਡਾਂਗ ਸੀ ਉਹਦੇ ਕੋ। ਹਾਂਜੀ, ਡਾਂਗ ਸੀ ਉਹਦੇ ਕੋ। ਅੱਛਾ, ਇੱਕ ਜਣੇ ਸੀ, ਹੋਰ ਵੀ ਸੀ, ਜ਼ਿਆਦਾ ਵੀ ਸੀ? ਨਹੀਂ, ਤਿੰਨ ਚਾਰ ਜਣੇ ਸੀ, ਦੋ ਘਰੋਂ ਵੀ ਆ ਗਏ ਸੀ, ਚਾਰ ਪੰਜ ਜਣੇ। ਅੱਛਾ, ਕੀ ਨਾਮ ਸੀ ਉਹਨਾਂ ਦੇ? ਉਹਨਾਂ ਦੇ ਇੱਕ ਦੇ ਨਾਂ, ਉਹਨਾਂ ਦੇ ਮਾਤਾ ਦਾ ਨਾਂ ਕੰਤੋਬਾਈ। ਅੱਛਾ। ਤੇ ਇੱਕ ਉਹਦੇ ਮਾਤਾ ਦਾ ਨਾਂ ਬੰਤੋ, ਇੱਕ ਉਹਦਾ ਭਰਾ ਸੀਗਾ, ਉਹ ਹੈਗਾ ਦੇਬੂ, ਦੇਬੂ ਉਹਦਾ ਨਾਂ, ਬੱਗਾ ਸਿੰਘ ਦਾ ਮੁੰਡਾ। ਅੱਛਾ, ਉਹਨਾਂ ਨੇ ਆਂਦੇ ਤੁਹਾਡੇ ਤੇ ਹਮਲਾ ਕੀਤਾ? ਹਾਂ ਹਾਂ, ਉਹਨਾਂ ਨੇ ਕੀਤਾ। ਇਸ ਸੰਬੰਧੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ? ਹਾਂਜੀ, ਪੁਲਿਸ ਵੱਲੋਂ ਅਜੇ ਕੋਈ ਕਾਰਵਾਈ ਨਹੀਂ ਕੀਤੀ ਗਈ। ਤਾਂ ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਸਾਡਾ ਜੋ ਕਾਰਵਾਈ ਬਣਦੀ ਉਹਨਾਂ ਦੀ ਕੀਤੀ ਜਾਵੇ। ਨਵਿੰਦਰ ਜੀ, ਕੀ ਜਿੱਥੇ ਦੇ ਰਹਿਣ ਵਾਲੇ ਤੁਸੀਂ? ਅਸੀਂ ਬਾਗੂਵਾਲ ਦੇ ਰਹਿਣ ਵਾਲੇ ਹਾਂ। ਅੱਛਾ, ਬਾਗੂਵਾਲ। ਅਤੇ ਆਪਣੇ ਕੀ ਸਾਰਾ ਮਾਮਲਾ ਹੋਇਆ, ਕੀ ਜਾ ਰਹੇ, ਕਿਸ ਤਰ੍ਹਾਂ ਇਹ ਜਾਂਦੇ ਤਾਰ ਦੀ ਬਿਜਲੀ ਦੀ ਚੋਰੀ ਨੂੰ ਕੁੰਡੀ ਲਾਉਣ ਨੂੰ ਸਾਰੀ ਗੱਲਬਾਤ ਹੋਈ? ਕੀ ਸਾਰੀ ਗੱਲਬਾਤ ਹੋਈ ਜੀ? ਇਹ ਮੇਰੇ ਤਾਏ ਦੇ ਘਰੇ ਛੱਤ ਦੇ ਉੱਪਰ ਚੜ੍ਹ ਕੇ ਕੁੰਡੀ ਲਾ ਰਹੇ ਸੀਗੇ, ਅਤੇ ਇਹਨਾਂ ਡੱਕਣ ਦੀ ਕੋਸ਼ਿਸ਼ ਕੀਤੀ, ਅਤੇ ਉਹਨਾਂ ਸਾਰਿਆਂ ਨੇ ਮਿਲ ਕੇ ਸਾਡੇ ਮੇਰੇ ਤਾਏ ਦੇ ਪਰਿਵਾਰ ਸਾਰਿਆਂ 'ਤੇ ਹਮਲਾ ਕਰਤਾ, ਜਾਨੋ ਜੋ ਕਿ ਮੇਰੇ ਤਾਏ ਜੀ ਬਹੁਤ ਗੰਭੀਰ ਜ਼ਖਮੀ ਨੇ, ਜੇ ਜਲੰਧਰ ਰੈਫਰ ਕਰ ਦਿੱਤਾ ਗਿਆ ਵਾ, ਅਤੇ ਉਹਨਾਂ ਦੀ ਹਾਲਤ ਬਹੁਤ ਗੰਭੀਰ ਆ। ਅਤੇ ਔਰ ਜਿਹੜੇ ਮੇਰੇ ਤਾਏ ਦੀ ਤਾਂ ਮੁੰਡਾ ਆ, ਉਹਨਾਂ ਨੂੰ ਕਾਫੀ ਸੱਟਾਂ ਲੱਗੀਆਂ ਵਾ, ਉਹਨਾਂ ਨੂੰ ਸਿਰ 'ਚ ਸੱਟ ਆ, ਅਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ। ਟੋਟਲ ਕਿੰਨੇ ਬੰਦੇ ਸੀ? ਟੋਟਲ 12-13 ਬੰਦੇ ਸੀਗੇ ਜੀ। ਕੀ ਨਾਮ? ਇੱਕ ਸੰਦੋਖ ਸਿੰਘ, ਸੁਨੀਲ ਸਿੰਘ ਸੀ, ਇੱਕੋਂ ਵਿਕਰਮ ਸਿੰਘ, ਗੁਰਮੀਤ ਸਿੰਘ, ਇੱਕ ਸਤਨਾਮ ਸਿੰਘ, ਗੁਰਦੇਵ ਸਿੰਘ, ਅਤੇ ਗੁਰਦਾਸ, ਗੁਰਪ੍ਰੀਤ ਸਿੰਘ, ਪੰਜਾ ਸਿੰਘ, ਪਾਲੋ ਬਾਈ। ਚਲੋ, ਅਤੇ ਮਤਲਬ 10-12 ਜਣੇ ਸੀ? ਹਾਂਜੀ। ਪੁਲਿਸ ਦੇ ਹਾਲੇ ਤੱਕ ਕੀ ਕਾਰਵਾਈ ਕੀਤੀ? ਕੋਈ ਕਾਰਵਾਈ ਨਹੀਂ ਕੀਤੀ ਜੀ। ਦੂਜੀ ਧਿਰ ਵੀ ਐਡਮਿਟ ਹੋਈ ਹੈ ਕਦੇ? ਹਾਂਜੀ, ਉਹ ਨਜਾਇਜ਼ ਆਪਣੇ ਆਪ ਸੱਟਾਂ ਨੂੰ ਲਾ ਕੇ ਦਾਖਲ ਹੋਈ ਹੈ ਜੀ, ਝੂਠੇ ਪਰਚੇ ਬਣਾ ਰਹੀ ਜੀ ਸਾਡੇ 'ਤੇ। ਪੁਲਿਸ ਤੋਂ ਕੀ ਮੰਗ ਕਰਦੇ? ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਸਾਨੂੰ ਇਨਸਾਫ ਦਿੱਤਾ ਜਾਵੇ, ਔਰ ਜਿਹੜੀ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਕਿੱਥੇ ਦੇ ਰਹਿਣ ਵਾਲੇ ਆ? ਬਾਗੂਵਾਲ ਦੇ। ਅਤੇ ਕਿਹੜਾ ਡਿਸਟ੍ਰਿਕਟ, ਕਿੱਥੇ ਪੈਂਦਾ ਹਲਕਾ ਜਿਹੜਾ ਪੈ ਜਾਂਦਾ? ਕਪੂਰਥਲੇ ਵਿੱਚ। ਅੱਛਾ ਜੀ, ਸੁਲਤਾਨਪੁਰ ਦਾ ਇਹ ਪਿੰਡ? ਹਾਂਜੀ ਹਾਂਜੀ। ਕੀ ਮਾਮਲਾ ਹੋਇਆ ਸਾਰਾ? ਮਾਮਲਾ ਇਹੋ ਹੀ, ਕੋਠੇ 'ਤੇ ਚੜ੍ਹਿਆ ਉਹ ਸਾਡੇ ਦੇ, ਤਾਂ ਅਸੀਂ ਉਹਨੂੰ ਡੱਕਿਆ ਸੰਤੋਖ ਸਿੰਘ ਨੂੰ, ਕੋਠੇ ਸਾਡੇ 'ਤੇ ਤੇਰਾ ਚੜ੍ਹਨ ਦਾ ਮਤਲਬ ਨਹੀਂ, ਜਦੋਂ ਆਪਣਾ ਬੋਲ ਚਾਲ ਨਹੀਂ। ਉੱਥੇ ਥੱਲੇ ਉੱਤਰ ਗਿਆ ਅਤੇ ਘਰੋਂ ਆ ਗਿਆ, ਸੱਬਲਾਂ ਲੈ ਕੇ ਅਤੇ ਕਾਪੇ ਲੈ ਕੇ, ਪਹਿਲਾਂ ਮੇਰੇ ਸਹੁਰੇ ਸਾਹਿਬ ਨੂੰ ਪਏ ਨੇ, ਉਹਨੂੰ ਡੇਗ ਗਿਆ ਕਾਪੇ ਮਾਰ ਮਾਰ ਅਤੇ ਸੱਬਲਾਂ, ਮੁੜ ਕੇ ਉਦੋਂ ਬਾਅਦ ਮੇਰੇ ਘਰ ਵਾਲੇ 'ਤੇ ਪੈ ਗਏ ਨੇ, ਇਹਨੂੰ ਡੇਗ ਲਿਆ ਉਹਨਾਂ, ਫਿਰ ਮੈਂ ਅੱਗੋਂ ਹੋਈ ਹਾਂ ਅਤੇ ਮੇਰੇ ਵੀ ਆ ਮਾਰੀਆਂ ਸੱਟਾਂ।
अच्छा सारा परिवार ही उन्हां दा ब्याह गा जिन्ने करदे जी सी की नाम है ਤੁਹਾਡੇ ਸੋਹਰਾ ਪਰਿਵਾਰ ਦੀ ਹਾਲਤ ਕੀ ਉਹਦੀ ਤਾਂ ਬਹੁਤ ਹਾਲਤ ਖਰਾਬ ਹੈ ਅਜੇ ਨਹੀਂ ਬੋਲ ਨਹੀਂ ਰਿਹਾ ਅੱਜ ਕਿੰਨੇ ਦਿਨ ਹੋ ਗਏ ਨੇ ਚਾਹੋਂ ਕਿੱਥੇ ਰਹਿ ਉਹਨੂੰ ਦੂਜੇ ਜਲੰਧਰ ਜਲੰਧਰ ਰਹਿ ਫਿਰ ਆਦਾ ਨਾ ਸੱਟਾ ਜਾਈ ਲੱਗੇ ਨਾ ਅਜੇ ਐਮਰਜੈਂਸੀ ਪਿਆ ਅਜੇ ਕੋਈ ਉਹਨੇ ਹੱਥ ਪੈਰ ਨਹੀਂ ਅਜੇ ਲਾਉਣ ਲੱਗਾ संतोष एक सत्तू सत्ता सत्ता कहते सतनाम सिंह एक पालो बाई एक पंजू एक गुरप्रीत एक गरदास सिंह ते मीता गरमीत सिंह एक सुनील सिंह किन्ने जने सी टोटल ए बहुत परिवार सी कड़ो कड़ भी 10 जने हैगे सी जदों साडे घर आ पए ने एक मीतो बाई ਉਹਨਾਂ ਦੀ ਭੂਆ ਸੰਤੋਖ ਸਿੰਘ ਦੀ ਪੁਲਿਸ ਨੇ ਹਾਲੇ ਤੱਕ ਕੀ ਕਾਰਵਾਈ ਕੀਤੀ ਰਹੀ ਜਾਂ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਅਜੇ ਤੱਕ ਕੀਤੀ ਗਈ ਅੱਛਾ ਕੀ ਤੁਸੀਂ ਚਾਹੁੰਦੇ ਹੋ ਪੁਲਿਸ ਤੋਂ ਅਸੀਂ ਕਹਿੰਦੇ ਵੀ ਜੋ ਕਾਰਵਾਈ ਬਣਦੀ ਸਾਡੀ ਕੀਤੀ ਜਾਵੇ ਉਹਨਾਂ ਤੇ ਸਵੇਰੇ ਅਸੀਂ ਤੋਂ 9 ਵਜੇ ਹਾਂ 9 ਵਜੇ ਅਸੀਂ ਹੋਏ ਫੱਤੂ ਟਿੰਗੇ ਤੇ ਫੱਤੂ ਟਿੰਗੇ ਵਾਲੇ ਸਾਨੂੰ ਰੈਫਲ ਇੱਥੇ ਕਰਤਾ ਲੜਾਈ ਦਾ ਕਾਰਨ ਕੀ ਹੈ ਬਿਜਲੀ ਦੀ ਉਹ ਭੁੰਡੀ ਲਾ ਰਹੇ ਸੀ ਤੇ ਕੀ ਕੀ ਲੜਾਈ ਦਾ ਕੀ ਕਾਰਨ ਆ ਲੜਾਈ ਦਾ ਹੁਣ ਤਾਂ ਉਹਨਾਂ ਦੀ ਕੁੰਡੀ ਕੁੰਡੀ ਕਿਤੇ ਹੱਲੀ ਸਾਡੇ ਕੋ ਕਮਰੇ ਤੇ ਆਂਦੀ ਸੀ ਉਹਨਾਂ ਦੀ ਤਾਰ ਤਾਂ ਹੀ ਉਹਨਾਂ ਨੇ ਅੱਗੇ ਵੀ ਕਈ ਵਾਰ ਕਿਹਾ ਵੀ ਤੁਸੀਂ ਆਪਦੀ ਤਾਰ ਆਦੇ ਕਮਰੇ ਤੇ ਕਰ ਜੇ ਤਾਂ ਤੁਹਾਡਾ ਸਾਡਾ ਲੈਣ ਦੇਣ ਨਹੀਂ ਸਾਡੇ ਕਮਰੇ ਤੋਂ ਚੜਨ ਦਾ ਮਤਲਬ ਕੋ ਨਹੀਂ ਤੇ ਉਹ ਤਾਂ ਆਕੜ ਨਾਲ ਆ ਚੜਿਆ ਤੇ ਫਿਰ ਅਸੀਂ ਉਹਨੂੰ ਆਹ ਵੀ ਤੂੰ ਉੱਤਰ ਜਾ ਥੱਲੇ ਤੋਂ ਆ ਕੇ ਸਾਡੇ ਘਰ ਪੈ ਗਿਆ ਘਰੇ ਆ ਕੇ ਸਾਡਾ ਗੇਟ ਲੰਘ ਕੇ ਸਾਡੇ ਘਰੇ ਆ ਪਏ ਨੇ ਸਾਰਾ ਪਰਿਵਾਰ ਠੀਕ ਠੀਕ ਹੈ।